ਜੰਮੂ ਤੋਂ ਆ ਰਹੀ ਬੱਸ ਧਾਰੀਵਾਲ ਬਾਈਪਾਸ 'ਤੇ ਪਲਟੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤਕਰੀਬਨ 20 ਵਿਅਕਤੀ ਜ਼ਖਮੀ ਹੋ ਗਏ ਨੇ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ 'ਤੇ ਪੁੱਜੇ DC ਨੇ ਦੱਸਿਆ ਕਿ ਬੱਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜੋ ਅਚਾਨਕ ਪਲਟੀ ਅਤੇ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਵਿਅਕਤੀ ਅਜੇ ਸੀਰੀਅਸ ਦੱਸੇ ਜਾ ਰਹੇ ਨੇ। ਤਕਰੀਬਨ 20 ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਥਾਣਾ ਧਾਰੀਵਾਲਾ SHO ਮਨਜੀਤ ਸਿੰਘ ਅਤੇ DSP ਮਨਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। 8:30 ਵਜੇ ਦਾ ਐਕਸੀਡੈਂਟ ਹੋਇਆ ਹੈ, ਜਿੱਥੇ ਬੱਸ ਆਊਟ ਆਫ ਕੰਟਰੋਲ ਹੋ ਗਈ ਸੀ ਬੱਸ ਡਰਾਈਵਰ ਤੋਂ, ਅਤੇ ਇਹਦੇ ਜਿਹਦੇ ਕਰਕੇ ਇੱਕ ਲੇਡੀ ਦੀ ਮੌਤ ਹੋ ਗਈ ਹੈ ਔਰ 3 ਪੈਸੰਜਰ ਸੀਰੀਅਸ ਜ਼ਖਮੀ ਨੇ। ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਗਿਆ ਮੁੱਢਲੀ ਸਹਾਇਤਾ ਦੇ ਕੇ, ਅਤੇ ਬਾਕੀ ਜਿਹੜੇ ਸਾਡੇ ਪੈਸੰਜਰ ਜ਼ਖਮੀ ਸੀ 12, ਉਹਨਾਂ ਨੂੰ ਅਸੀਂ ਗੁਰਦਾਸਪੁਰ ਵਿਖੇ ਅਤੇ ਧਾਰੀਵਾਲ ਵਿਖੇ ਅਤੇ ਨਸ਼ਹਿਰਾ ਵਿਖੇ ਇਲਾਜ ਦੇ ਅੰਦਰ ਰੱਖਿਆ ਗਿਆ, ਪਰ ਉਹ ਆਊਟ ਆਫ ਡੇਂਜਰ ਨੇ, ਮਾਈਨਰ ਇੰਜਰੀ ਹੈ। ਅਤੇ ਜਿਹੜੇ ਸਾਡੇ ਪੈਸੰਜਰ ਬਾਕੀ ਬਚੇ ਨੇ ਠੀਕ ਠਾਕ ਨੇ, ਉਹਨਾਂ ਨੂੰ ਅਸੀਂ ਪ੍ਰਬੰਧ ਕਰ ਰਹੇ ਹਾਂ ਤਾਂ ਕਿ ਉਹ ਆਪਣੇ ਸਥਾਨ 'ਤੇ ਪਹੁੰਚ ਸਕਣ। ਗੱਡੀਆਂ ਇੱਥੇ ਆ ਰਹੀਆਂ ਨੇ ਅਤੇ ਮੁੱਢਲੀ ਸਹਾਇਤਾ ਨੂੰ ਦੇ ਦਿੱਤੀ ਗਈ। ਸਰ, ਬੱਸ ਕਿੱਥੋਂ ਆ ਰਹੀ ਸੀ? ਇਹ ਬੱਸ ਜੰਮੂ ਤੋਂ ਆ ਰਹੀ ਸੀ ਅਤੇ ਅੰਮ੍ਰਿਤਸਰ ਜਾ ਰਹੀ ਸੀ, ਪ੍ਰਾਈਵੇਟ ਬੱਸ ਹੈ ਜੀ। ਠੀਕ ਸਰ। ਅਤੇ ਜਿਹੜੀ ਜ਼ਿਆਦਾ ਇੰਜਰੀ ਜੋ ਵੀ ਜ਼ਿਆਦਾ ਵਸਨੀਕ ਜੰਮੂ ਐਂਡ ਕਸ਼ਮੀਰ ਦੇ, ਮਗਰ ਇੱਕ ਦੀ ਮੌਕੇ 'ਤੇ ਡੈਥ ਹੋ ਗਈ ਜਾਂ ਹੋਸਪਿਟਲ ਹੋਈ ਜੀ? ਹਾਂ, ਇੱਕ ਦੀ ਡੈਥ ਮੌਕੇ 'ਤੇ ਹੋਈ, ਹੋਰ ਕੋਈ ਡੈਥ ਨਹੀਂ ਹੋਈ। ਡਰਾਈਵਰ, ਗੱਡੀ ਦਾ ਡਰਾਈਵਰ ਡਰਾਈਵਰ ਉਹ ਮੌਕੇ 'ਤੇ ਭੱਜ ਗਿਆ ਜੀ ਖਰਾਬ। ਇੱਧਰ ਬੈਰੀਅਰ ਲੱਗੇ ਹੋਏ ਆ ਨਾ ਡੋਰੀ ਦਾ ਬਣ ਕੇ, ਐਕਚੁਲੀ ਬੱਸ ਸਪੀਡ ਦੇ ਵਿੱਚ ਸੀ, ਹਾਈਵੇ ਹੈ ਸਪੀਡ ਦੇ ਵਿੱਚ, ਉਹ ਇੱਕਦਮ ਰੁਕਦੇ ਰੁਕਦੇ ਇੱਕਦਮ ਕੀ ਕਰਨ ਟਰਨ ਕੀਤੀ ਹੈ, ਇੱਧਰ ਵੀ ਇੱਕਦਮ ਕੰਟਰੋਲ ਨਹੀਂ ਹੋਇਆ, ਪਲਟੀ ਖਾ ਗਈ ਦੋ ਤਿੰਨ। ਕਿੰਨੀ ਸਪੀਡ 'ਚ ਬੱਸ ਆ ਰਹੀ ਸੀ? ਹੋਏਗੀ 100 ਦੀ ਜਾਂ 90-100 ਦੀ ਸਪੀਡ ਹੋਏਗੀ। ਕਿਸ ਦਾ ਕਸੂਰ, ਕਿਸ ਦਾ ਬੱਸ ਡਰਾਈਵਰ ਦਾ ਆ ਜਾਂ ਮਤਲਬ ਉਹ ਜ਼ਿਆਦਾ ਸਪੀਡ ਹੋਣ ਕਰਕੇ ਹੋ ਗਿਆ ਹੈ? ਜਾਂ ਤਾਂ ਦੇਖੋ ਹਾਈਵੇ ਹੈ, ਕੋਈ ਵੀ 40-50 ਦੀ ਸਪੀਡ 'ਤੇ ਤਾਂ ਚਲਾਏਗਾ ਨਹੀਂ, ਐਕਚੁਅਲੀ ਪਿੱਛੋਂ ਆ ਰਿਹਾ, ਅੱਛੀ ਤਰ੍ਹਾਂ ਆ ਰਿਹਾ ਸੀ। ਕਿਸੇ ਦੀ ਗਲਤੀ, ਮੈਨੂੰ ਤਾਂ ਗਲਤੀ ਇਹ ਲੱਗਦੀ ਕਿ ਜਿਹੜੀ ਇਹ ਹੈ ਇਹ ਦੂਰੋਂ ਇੰਡੀਕੇਸ਼ਨ ਹੋਣਾ ਚਾਹੀਦਾ, ਕੋਈ ਹੋਣਾ ਚਾਹੀਦਾ, ਸਿਸਟਮ ਨਹੀਂ ਹੈਗਾ ਕੋਈ ਕਿ ਕਿਸੇ ਨੂੰ ਸਮਝ ਆਏ, ਨੇੜਿਓਂ ਆ ਕੇ ਸਮਝ ਵਿੱਚ ਆਉਂਦਾ ਹੈ ਕਿ ਹਾਂ ਵੀ ਇੱਥੇ ਡੋਰੀਆਂ ਬੰਨੀਆਂ ਹੋਈਆਂ ਨੇ, ਕਿ ਹਾਂ ਇੱਥੋਂ ਬੰਦ ਰਸਤਾ, ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਇੰਜੀ ਸਮਝ ਆਇਆ। 8:30 ਵਜੇ ਦਾ ਐਕਸੀਡੈਂਟ ਹੋਇਆ ਹੈ, ਜਿੱਥੇ ਬੱਸ ਆਊਟ ਆਫ ਕੰਟਰੋਲ ਹੋ ਗਈ ਸੀ ਬੱਸ ਡਰਾਈਵਰ ਤੋਂ, ਅਤੇ ਇਹਦੇ ਜਿਹਦੇ ਕਰਕੇ ਇੱਕ ਲੇਡੀ ਦੀ ਮੌਤ ਹੋ ਗਈ ਹੈ ਔਰ 3 ਪੈਸੰਜਰ ਸੀਰੀਅਸ ਜ਼ਖਮੀ ਨੇ। ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਗਿਆ ਮੁੱਢਲੀ ਸਹਾਇਤਾ ਦੇ ਕੇ, ਅਤੇ ਬਾਕੀ ਜਿਹੜੇ ਸਾਡੇ ਪੈਸੰਜਰ ਜ਼ਖਮੀ ਸੀ 12, ਉਹਨਾਂ ਨੂੰ ਅਸੀਂ ਗੁਰਦਾਸਪੁਰ ਵਿਖੇ ਅਤੇ ਧਾਰੀਵਾਲ ਵਿਖੇ ਅਤੇ ਨਸ਼ਹਿਰਾ ਵਿਖੇ ਇਲਾਜ ਦੇ ਅੰਦਰ ਰੱਖਿਆ ਗਿਆ, ਪਰ ਉਹ ਆਊਟ ਆਫ ਡੇਂਜਰ ਨੇ, ਮਾਈਨਰ ਇੰਜਰੀ ਹੈ। ਅਤੇ ਜਿਹੜੇ ਸਾਡੇ ਪੈਸੰਜਰ ਬਾਕੀ ਬਚੇ ਨੇ ਠੀਕ ਠਾਕ ਨੇ, ਉਹਨਾਂ ਨੂੰ ਅਸੀਂ ਪ੍ਰਬੰਧ ਕਰ ਰਹੇ ਹਾਂ ਤਾਂ ਕਿ ਉਹ ਆਪਣੇ ਸਥਾਨ 'ਤੇ ਪਹੁੰਚ ਸਕਣ। ਗੱਡੀਆਂ ਇੱਥੇ ਆ ਰਹੀਆਂ ਨੇ ਅਤੇ ਮੁੱਢਲੀ ਸਹਾਇਤਾ ਨੂੰ ਦੇ ਦਿੱਤੀ ਗਈ। ਸਰ, ਬੱਸ ਕਿੱਥੋਂ ਆ ਰਹੀ ਸੀ? ਇਹ ਬੱਸ ਜੰਮੂ ਤੋਂ ਆ ਰਹੀ ਸੀ ਅਤੇ ਅੰਮ੍ਰਿਤਸਰ ਜਾ ਰਹੀ ਸੀ, ਪ੍ਰਾਈਵੇਟ ਬੱਸ ਹੈ ਜੀ। ਠੀਕ ਸਰ। ਅਤੇ ਜਿਹੜੀ ਜ਼ਿਆਦਾ ਇੰਜਰੀ ਜੋ ਵੀ ਜ਼ਿਆਦਾ ਵਸਨੀਕ ਜੰਮੂ ਐਂਡ ਕਸ਼ਮੀਰ ਦੇ, ਮਗਰ ਇੱਕ ਦੀ ਮੌਕੇ 'ਤੇ ਡੈਥ ਹੋ ਗਈ ਜਾਂ ਹੋਸਪਿਟਲ ਹੋਈ ਜੀ? ਹਾਂ, ਇੱਕ ਦੀ ਡੈਥ ਮੌਕੇ 'ਤੇ ਹੋਈ, ਹੋਰ ਕੋਈ ਡੈਥ ਨਹੀਂ ਹੋਈ। ਡਰਾਈਵਰ, ਗੱਡੀ ਦਾ ਡਰਾਈਵਰ ਉਹ ਮੌਕੇ 'ਤੇ ਭੱਜ ਗਿਆ ਜੀ ਖਰਾਬ। ਕਰਨੇ ਜੀ, ਜਮੁਨਾ ਟਰੈਵਲ ਦੀ ਬੱਸ ਸੀ, ਜੰਮੂ ਤੋਂ ਅੰਮ੍ਰਿਤਸਰ ਵਾਸਤੇ ਜਾ ਰਹੀ ਸੀ, ਇੱਥੇ ਕਰੀਬ 8:30 ਵਜੇ ਅਚਾਨਕ ਇਹ ਪਲਟ ਗਈ ਆ, ਉਹਦੇ ਵਿੱਚ ਇੱਕ ਲੇਡੀ ਦੀ ਡੈਥ ਹੋ ਗਈ ਹੈ ਜੀ, 3 ਸੀਰੀਅਸ ਇੰਜਰਡ ਨੇ, ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਜੀ, ਬਾਕੀ ਸਿਵਲ ਹਸਪਤਾਲ ਗੁਰਦਾਸਪੁਰ ਉਹਨਾਂ ਦੀ ਕੰਡੀਸ਼ਨ। ਕੀ ਕਾਰਨ ਕੀ ਮਨਾਇਆ ਤਾਂ ਬੱਸ ਦਾ? ਇੱਥੇ ਅਜਨ ਚੇਤੇ ਦੇ ਕੋਲੋਂ ਬੇਕਾਬੂ ਹੋ ਗਈ, ਉਹਦੀ ਡਿਸੀ ਸਾਹਿਬ ਨੇ ਇਨਕੁਆਇਰੀ ਦੀ ਜਾਂਚ ਦੇ ਹੁਕਮ ਦੇ ਦਿੱਤੇ ਆ, ਇਨਕੁਆਇਰੀ ਤੋਂ ਬਾਅਦ ਪਤਾ ਲੱਗਦਾ। ਕਿੰਨੇ ਮਰੇ? ਕਿੰਨੇ? ਇੱਕ ਲੇਡੀ ਦੀ ਡੈਥ। ਅਤੇ ਜ਼ਖਮੀ ਕਿੰਨੇ ਹੋਏ? ਜ਼ਖਮੀ ਲਗਭਗ 20 ਦੇ ਕਰੀਬ। ਸਮਾਜਿਕ ਕੰਮ TV ਲਈ ਧਾਰੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਰਿਪੋਰਟ।